ਉਹ ਚਾਫਾ ਕਹਿੰਦੇ ਆ ਉਹ ਪਰ ਕੀ ਭਰਿਆ ਫੜਨਾ ਪੈਣਾ ਉਹ ਫੱਕਰ ਝੰਡੇ ਵਾਲਾ ਉਹ ਫੱਕਰ ਝੰਡੇ ਵਾਲਾ ਉਹ ਫੱਕਰ ਝੰਡੇ ਵਾਲਾ ਉਹ ਕਦੇ ਜੱਗੀ ਹੈ ਉਹ ਇਹਦਾ ਕਹਿੰਦੇ ਤੇਰੇ ਕਹਿੰਦੇ ਡੰਡੂ ਦੀ ਬੈਲੀ ਆ ਉਹ ਡੰਡੂ ਉਹ ਕਹਿੰਦੇ ਜੇ ਚੱਕ ਲੈਣਾ ਤੇ ਕੋਟੀਆਂ ਪੱਥਰੀਆਂ ਪੈਣੀਆਂ ਉਹ ਵੈਸਟ ਨਿਕਲਣਾ ਤੇ ਪੈਡ ਲੈਣੇ ਪੈਣੇ ਆ ਉਹ ਪਰ ਇੱਕ ਕੰਨੀ ਤੇ ਕਹਿੰਦੇ ਉਹ ਚੰਦਰਾ ਜਾਫੀ ਹਰਿਆਣੇ ਵਾਲਾ ਏ ਉਹ ਨੂੰ ਚੰਦਰੀ ਵਾੜਦਾ ਉਹ ਚਾਫਾ ਕਹਿੰਦੇ ਆ ਉਹ ਪਰ ਚੰਦਰੀ ਫੜਕਾਰੀ ਅੰਕਸ਼ ਨੂੰ ਜਫਾ ਲਾਉਣਾ ਪੈਣਾ ਉਹ ਮੈਨੂੰ ਲੱਗਦਾ ਉਹ ਅੰਕਸ਼ ਨੂੰ ਜਫਾ ਉਹ ਲਾਤਾ ਉਹ ਅੰਕਸ਼ ਨੂੰ ਜਫਾ ਲਾਤਾ ਉਹ ਕਹਿੰਦੇ ਰੇਡ ਕੱਢੂ ਦੀ ਹੈਗੀ ਆ ਆਹੋ ਗੱਡੀ ਆ ਗਿਆ ਭਾਈ ਮੁਖਤਾਰ ਵਾਲਾ ਹਰ ਬੰਦਾ ਕਹਿੰਦੇ ਜ਼ਿਲ੍ਹੇ ਬਠਿੰਡੇ ਵਾਲਾ ਉਹ PV-03 ਆ ਗਿਆ ਆਹ ਕਹਿੰਦੇ ਗੱਡੀ ਆ ਗਿਆ ਭਾਈ ਮੁਖਤਾਰ ਵਾਲਾ ਉਹ ਅੱਕ ਤੋਂ ਜੇ ਕੰਪ ਲੈ ਕੇ ਲੜੇ ਜੱਫੇ ਲਾਉਣੇ ਪੈਣੇ ਆਹ ਕਹਿੰਦੇ ਸਿੱਖ ਸਰਦਾਰ ਆਹ ਕਹਿੰਦੇ ਤੁਹਾਨੂੰ ਪੰਜਾਬੀ ਰੇ ਆਹ ਕਹਿੰਦੇ ਵਾਹ ਕਬਰੂ ਆ ਇਹਨੂੰ ਕਹਿੰਦੇ ਗੱਡੀ ਕਹਿੰਦੇ ਆ ਆਹ ਬੰਦਾ ਕਹਿੰਦੇ ਜ਼ਿਲ੍ਹੇ ਬਠਿੰਡੇ ਵਾਲਾ ਆਹ ਤਕੜੇ ਰੇਡਰ ਦੀ ਗੱਲ ਕਰਦੇ ਆ ਆਹ ਕਹਿੰਦੇ ਅਗਲੀ ਰੋਡ ਭਾਈ ਘਰ ਗੱਲ ਉਹ ਕਹਿੰਦੇ ਸਿੰਘ ਸਰਦਾਰ ਦੀ ਕਬੱਡੀ ਆ ਉਧਰ ਕਹਿੰਦੇ ਉਹ ਚੰਡਿਆਣੇ ਵਾਲਾ ਉਹ ਚੰਡਿਆਣੇ ਵਾਲਾ ਉਹ ਜਫਾ ਲਾ ਦੇ ਜੇ ਦਸ ਨਿਕਲਣਾ ਤੇ ਜਫਾ ਲਾ ਦੇ ਉਹ ਗੱਲਾਂ ਟਿਕਾਣੇ ਲੱਗਣੀਆਂ ਉਹ ਕਹਿੰਦੇ ਅਸੋ ਲਾਈ ਤੱਕ ਰਿਹਾ ਸਾਡਾ ਵੀਰ ਉਹ ਤਾਕਾ ਸੋਲੀਆ ਦੇ ਉਹ ਕਹਿੰਦੇ ਮੈਨੂੰ ਲੱਗਦਾ ਗੱਲ ਕਸੂਤੀ ਜੱਗੀ ਉਹ ਬੱਲੇ ਲੱਗਿਆ ਜੋ ਕਬੱਡੀ ਚੰਦਰ ਨੇ ਜੱਫਾ ਕਾਹਦਾ ਲਾਇਆ ਚੀਕਾਂ ਕਢਾਉਣੀਆਂ ਸਵਾਦ ਕਹਿੰਦੇ ਆ ਕਬੱਡੀ ਦਾ ਇਹਨੂੰ ਕਬੱਡੀ ਦਾ ਸਵਾਦ ਲੋਕਾਂ ਨੇ ਤਾਂ ਬੱਸ ਦੇਖੀ ਹੋਣੀ ਹੈ ਪਰ ਤਾਂ ਕੋਟ ਵਾਲੇ ਨੇ ਅੱਜ ਦੇਖ ਲਈ ਵੀ ਕੌਡੀ ਵਾਲੇ ਬੱਸ ਕਿਹਨੂੰ ਕਹਿੰਦੇ ਹੈ ਉਹ ਬੱਸ ਤੇ ਇਹਨੂੰ ਕਹਿੰਦੇ ਹੈ ਹਾਏ ਹੈਪੀ ਨੀ ਰੇ ਕਬੱਡੀ ਉਹ ਅੰਕਸ਼ ਉਹ ਮੈਨੂੰ ਲੱਗਦਾ ਅੰਕਸ਼ ਕਹਿੰਦੇ ਮਹਾਰਾਜ ਤੋਂ ਉਹ ਜੂਸਰ ਦਾ ਬਸਤਾ ਉਹ ਮਹਾਰਾਜ ਦੇ ਟੱਪਰੋ ਕਹਿੰਦੇ ਉਹ ਜੂਸਰ ਦਾ ਬਸਤਾ ਏ ਹਾਏ ਕਹਿੰਦੇ ਗੱਡੀ ਆ ਗਿਆ ਭਾਈ ਬਣਕਾਰ ਵਾਲਾ ਹਾਏ ਗੱਡੀ ਕਹਿੰਦੇ ਰੇਟ ਪਾਉਣਾ ਉਹ ਕਹਿੰਦੇ ਗੱਡੀ ਦੀ ਰੋਡ ਉਹ ਗੱਡੀਆ ਹਰਿਆਣੇ ਵਾਲੇ ਤੇ ਵੱਜ ਕੇ ਰਹੀ ਇਹਨੇ ਬੜਿਆਂ ਦੇ ਕੱਪੜੇ ਪਵਾਏ ਇਹਨੇ ਬੜਿਆਂ ਦੇ ਸ਼ੀਸ਼ੇ ਚੜਾਏ ਆ ਉਹ ਮੈਂ ਪਹਿਲਾਂ ਕਿਹਾ ਸੀ ਵੀ ਇਹਨੇ ਬੜਿਆਂ ਦੇ ਕੱਪੜੇ ਪਵਾਏ ਉਹ ਜੇ ਇੱਥੇ ਭੱਜ ਗਿਆ ਨਾ ਉਹ ਤਾਮ ਕੋਟਾਂ ਵਾਲੇ ਤਾੜੀਆਂ ਨਾਲ ਕਹਿੰਦੇ ਹੱਲਾ ਗੁੱਲਾ ਕਰ ਦੇਣੇ ਪਰ ਕਹਿੰਦੇ ਮੈਂ ਪਹਿਲਾਂ ਕਿਹਾ ਵੀ ਉਹਨੂੰ ਚੰਦੀ ਵਾਰ ਦਾ ਝਾਫਾ ਕਹਿੰਦੇ ਆ ਅਗਲੀ ਰੇਡ ਬਾਈ ਘਰ ਵੱਲ ਹੋ ਕਹਿੰਦੇ ਅੰਕਸ਼ ਦੀ ਬਹਿ ਗਈ ਆ ਉਹ ਸੇਬ ਤੋਂ ਉਹ ਕੋਈ ਗੱਲ ਨੀ ਭਰਾ ਮੇਰਿਆ ਤੂੰ ਰੈਫਰੀ ਕਰ ਉਹ ਟੀਮਾਂ ਅਸੀਂ ਸੱਦਾਂਗੇ ਉਹ ਕਹਿੰਦੇ ਰੇਡ ਅੰਕਸ਼ ਦੀ ਬਹਿ ਗਈ ਆ ਉਹ ਕਹਿੰਦੇ ਹਰਿਆਣਾ ਏਰੀਆ ਉਹ ਕੈਂਕਲ ਨੂੰ ਬਿਲੋਂਗ ਕਰਦਾ ਏ ਉਹ ਕੈਂਕਲ ਜਿਹੜਾ ਏ ਉਹ ਅੰਕਸ਼ ਉਹ ਮੈਨੂੰ ਲੱਗਦਾ ਗੱਲ ਉਹ ਤੈਨੂੰ
ਪਹਿਲੇ ਦੱਸਿਆ ਸੀ ਇਹ ਮਹਾਰਾਜ ਤੋਂ ਚੂਸਰ ਦਾ ਬਸਤਾ ਤੇਰੇ ਵਾਲੇ ਮੈਨੂੰ ਲੱਗਦਾ ਕੱਪ ਪਰ ਟੱਚ ਉਹ ਕਦੇ ਨਹੀਂ ਹੋ ਡਬਲ ਹੈ ਤੇ ਨੰਬਰ ਉਹ ਕਦੇ ਅੱਕ ਨੂੰ ਜੋੜ ਦਿੱਤਾ ਹੈ। ਅਗਲੀ ਰੇਡ ਉਹ ਕਹਿੰਦੇ ਸਿੰਘ ਸਰਦਾਰ ਆ ਕਿ ਘੋੜੇ ਦੀ ਜਾਂ ਮੋਟਰ ਸਾਈਕਲ ਉਹ ਤੀਰ ਦੀ ਥਾਂ ਪਿਸਤੌਲ ਲਿਆ ਜਿਵੇਂ ਜਿਵੇਂ ਇਹ ਬਦਲ ਜਵਾਨਾ ਉਹ ਸਿੰਘਾਂ ਬਦਲ ਮਾਹੌਲ ਲਿਆ ਉਹ ਸਿੰਘਾਂ ਬਦਲ ਮਾਹੌਲ ਲਿਆ ਉਧਰ ਕਹਿੰਦੇ ਝੰਡੇ ਵਾਲਾ ਵੀ ਤਿਆਰ ਆ ਉਹ ਮੈਨੂੰ ਲੱਗਦਾ ਉਹ ਕਿ ਮਰਨੋ ਮੋਲ ਨਹੀਂ ਡਰਦੇ ਉਹ ਜਿਹੜੇ ਮੌਤ ਦੇ ਬਿਮਾਰੀ ਆ ਉਹ ਕਹਿੰਦੇ ਬੱਧੂ ਮਾਰਨੇ ਗਾ ਆ ਉਧਰ ਕਹਿੰਦੇ ਝੰਡਿਆਂ ਨਾਲ ਨਾ ਮੁਕਾਬਲਾ ਹੋ ਗਏ ਉਹ ਕਹਿੰਦੇ ਸਿੰਘ ਸਰਦਾਰ ਉਹ ਬੱਲੇ 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 ਉਹ ਲੱਗਦਾ ਜੋਰ ਉਹ ਕਹਿੰਦੇ ਜੇ ਖਤਰੇ ਦਾ ਘੁੱਗੂ ਵੀ ਉਹ ਨਾਲ ਦੀ ਥਾਂ ਹੀ ਜੋੜ ਗਿਆ ਉਹ ਖਤਰੇ ਦਾ ਘੁੱਗੂ ਵੀ ਨਾਲ ਦੀ ਨਾਲ ਹੀ ਫੈਲ ਗਿਆ ਉਹ ਰੇਡ ਪੈ ਗਈ ਤੇ ਕਰਦੇ ਗਾ ਆਓ ਕਦੇ ਹੈਪੀ ਆ ਗਿਆ ਤੇਰੇ ਵਾਲਾ ਆਓ ਹੈਪੀ ਆ ਗਿਆ ਤੇਰੇ ਵਾਲਾ ਆਓ ਕਦੇ ਕਬੱਡੀ ਕਬੱਡੀ ਕਰਦਾ ਹੋਇਆ ਆ ਕੁਛ ਉਹ ਹੋ ਨੇੜੇ ਉਹ ਹੋ ਨੇੜੇ ਉਹ ਦੇਖ ਹੈਪੀ ਚ ਕੀ ਭਰਿਆ ਪਰ ਕਦੇ ਹੈਪੀ ਤੇ ਓਏ ਕਦੇ ਹੈਪੀ ਚ ਰਿੰਕੂ ਮੈਨੂੰ ਸਕਦਾ ਕਰੰਟ ਭਰਿਆ ਹੈਪੀ ਤੇ ਉਹ ਕਰੰਟ ਭਰਿਆ ਉਹ ਰੇਡ ਅੰਕਸ਼ ਦੀ ਪੈ ਗਈ ਆ ਉਹ ਝੰਡਿਆਂ ਵਾਲਿਆ ਜੇ ਜਫਾ ਅੰਕਸ਼ ਨੂੰ ਲਾ ਮੇਰਾ ਉਹ ਗੱਲ ਤਾਂ ਬਣਨੀ ਆ ਉਹ ਮੈਨੂੰ ਲੱਗਦਾ ਉਹ ਬੱਲੇ ਬੱਲੇ ਪਰ ਅੰਕਸ਼ ਵੀ ਅੱਜ ਹਰਿਆਣੇ ਤੋਂ ਚੱਲ ਕੇ ਆਇਆ ਉਹ ਕੈਂਥਲ ਤੋਂ ਚੱਲ ਕੇ ਆਇਆ ਅੰਕਸ਼ ਵੀ ਰੁਕਣ ਦੇ ਮੂਡ ਵਿੱਚ ਨਹੀਂ ਉਹ ਰੇਡ ਕੱਢੂ ਨਹੀਂ ਦੇ ਗਿਆ ਆਓ ਕਹਿੰਦੇ ਗੱਡੀ ਆ ਗਈ ਭਾਈ ਮੁਖਤਾਰ ਵਾਲਾ ਰੇਡ ਪਾਉਣ ਦੇ ਲਈ ਕਿ ਦੋ ਚਾਰ ਹੋਰ ਪਰ ਹੋਰ ਚੱਜ ਗਏ ਉਹ ਗਿਣਤੀ ਵਧਾ ਕੇ ਕਿਹੜਾ ਵੋਟ ਜੋੜਨੀ ਉਹ ਜਿਹੜੇ ਔਖੇ ਵੇਲੇ ਕੰਮ ਆਏ ਨਾ ਉਹ ਛੱਟ ਗੁਰਦਾਸ ਉਹ ਮੀਰਾ ਦੀ ਕੋਈ ਲੋੜ ਨਹੀਂ ਉਹ ਜਿਹੜੇ ਔਖੇ ਵੇਲੇ ਨਾਲ ਖੜੇ ਨੇ ਉਹ ਜਿਹੜੇ ਔਖੇ ਵੇਲੇ ਉਹ ਨਾਲ ਖੜੇ ਨੇ ਉਹ ਬੰਦੇ ਪੰਨੇ ਤੇ ਬੰਦੇ ਉਹ ਲਿਖੀ ਫਿਰਦਾ ਉਹ ਜਿਹੜੇ ਔਖੇ ਵੇਲੇ ਨਾਲ ਖੜੇ ਨੇ ਉਹ ਦਿਲ ਦੇ ਪੰਨੇ ਤੇ ਬੰਦ ਲਿਖੀ ਫਿਰਦਾ ਉਹ ਜਿਹੜੇ ਔਖੇ ਵੇਲੇ ਨਾਲ ਖੜੇ ਨੇ ਕੋਈ ਆਪਣੇ ਦਿਲ ਦੇ ਪੰਨੇ ਤੇ ਲਿਖੀ ਫਿਰਦਾ ਉਹ ਅੰਕਸ਼ ਨੇ ਪੁਆਇੰਟ ਲੈ ਕੇ ਕਹਿੰਦੇ ਬੱਲੇ ਬੱਲੇ ਕਰਵਾਤੀ ਹੈ ਕਿ ਸਰਬ ਸਿਆਣਪ ਦੇ ਸਾਧਗੀ ਉਹ ਤਿੰਨੇ ਜਣੇ ਇਹ ਮਟਿਆਰ ਦੇ ਉਹ ਕਿਹੜਾ ਚਿੱਲੇ ਵੱਲ ਆ ਕੇ ਝਾਕੇ ਲੱਖ ਲਾਭ ਦਾ ਉਹ ਜਿਹੇ ਯਾਰ ਦੇ ਉਹ ਜਿਹੜਾ ਚੱਲਿਆ ਲੋੜ ਪੈਣ ਤੇ ਉਹ ਪੈਸੇ ਟੁੱਕਦੇ ਆ ਲਾਏ ਹਥਿਆਰ ਦੇ ਕਿ ਕਿਸੇ ਦੇ ਡਿੱਗਿਆ ਨੀ ਡਿੱਗਦੇ ਨਾਥਪੁਰੇ ਵਾਲਿਓ ਉਹ ਮਾਲਕ ਛੱਡੇ ਡੋਰਨਾ ਕਿ ਚੁੱਪ ਕਿਤੇ ਆਉਂਦੇ ਨਹੀਂ ਉਹ ਖੁਸਰੇ ਤੇ ਰੌਲਾ ਪਾ ਕੇ ਆਉਂਦੇ ਕਦੇ ਚੋਰ ਨਾ ਕਿ ਚੁੱਪ ਕਿਤੇ ਆਉਂਦੇ ਨਹੀਂ ਉਹ ਖੁਸਰੇ ਤੇ ਰੌਲਾ ਪਾ ਕੇ ਆਉਂਦੇ ਕਦੇ ਚੋਰਨਾ ਉਹ ਬਾਈ ਨੇ ਕੱਲ ਟਿਕਾਣੇ ਲਾ ਦਿੱਤੀ ਹੈ ਕਿਰਪਾ ਕਰਕੇ ਬੇਨਤੀ ਹੈ ਵੀ ਕਬੱਡੀ 73 ਕਿਲੋ ਦਾ ਫਾਈਨਲ ਮੈਚ ਕਿਸ਼ਨਗੜ੍ਹ ਫਰਵਾਹੀ ਤੇ ਜਮਾਲਪੁਰ ਸਿੱਖ ਇਸ ਤੋਂ ਬਾਅਦ ਜਿਹੜਾ ਮੈਚ ਖੇਡਿਆ ਜਾਵੇਗਾ ਉਹ ਕਹਿੰਦੇ ਸਿੱਖ ਸਰਦਾਰ ਆ ਗਏ ਰੇਡ ਪਾਉਣ ਦੇ ਲਈ ਉਹ ਸਿੱਖ ਸਰਦਾਰ ਦੀ ਕਹਿੰਦੇ ਰੇਡ ਉਹ ਲਵ ਮਾਰਚ ਕਰ ਲੇ ਮਾਰੇ ਦੀ ਉਹ ਪੰਡ ਕਹਿੰਦੇ ਨੇ ਪਾਪਾ ਦੀ ਉਹ ਤਗੜੇ ਦੀ ਲਵ ਮਾਰਚ ਕਰ ਲੇ ਉਹ ਮਰਜੀ ਕਹਿਣ ਜਵਾਕਾਂ ਦੀ ਉਹ ਮਾੜੇ ਦੀ ਕਹਿੰਦੇ ਭੱਜ ਦੀ ਤੇ ਤਗੜੇ ਦੀ ਨਾਨਕੇ ਰਹਿੰਦੀ ਆ ਉਹ ਚੜਦਾ ਲੈਂਦਾ ਪਾਸਾ ਰਿੰਕੂ ਉਹ ਦੁਨੀਆਂ
ਦੇਖੀ ਹੀ ਰਹਿੰਦੀ ਆ, ਚੜਦਾ ਲੈਂਦਾ ਪਾਸਾ ਦੁਨੀਆਂ ਉਹ ਦੇਖੀ ਰਹਿੰਦੀ ਆ। ਇਹ ਗੱਲਾਂ ਸੱਚ ਹੈ, ਉਹ ਕਬੱਡੀ ਪੈ ਗਈ ਆ। ਰਿੰਕੂ ਕਰਦੇ ਗੱਲ ਮੁੰਡੇ ਦੀ, ਹਾਓ ਕਹਿੰਦੇ ਹੈਪੀ ਆ ਗਿਆ ਤੇਰੇ ਵਾਲਾ, ਹਾਓ ਹੈਪੀ ਆ ਗਿਆ ਤੇਰੇ ਵਾਲਾ। ਹਰਿਆਣੇ ਵਾਲਿਆ, ਹਰਿਆਣੇ ਵਾਲਿਆ, ਜੇ ਕੱਪ ਲੈ ਕੇ ਜਾਣੇ ਜੱਫੇ ਲਾਉਣੇ ਪੈਣੇ, ਉਹ ਜੱਫੇ ਲਾਉਣੇ ਪੈਣੇ। ਪਰ ਟੱਚ ਉਹ ਕਹਿੰਦੇ ਹਰਿਆਣੇ ਵਾਲੇ ਨੂੰ ਕੀਤਾ, ਤੇ ਨੰਬਰ ਉਹ ਕਹਿੰਦੇ ਹੈਪੀ ਨੇ ਆਪਣੀ ਟੀਮ ਦੇ ਲਈ ਜੋੜ ਦਿੱਤਾ। ਅੰਕਸ਼ ਦੀ ਰੇਡ, ਉਹ ਕਹਿੰਦੇ ਰੇਡ ਅੰਕਸ਼ ਦੀ ਪੈ ਗਈ ਆ, ਉਹ ਕਹਿੰਦੇ ਰੇਡ ਅੰਕਸ਼ ਦੀ ਪੈ ਗਈ ਆ। ਤੇ ਕਰਦੇ ਹੋਣ ਸਿਆਣੇ ਗੱਲਾਂ, ਹੋਰ ਕਹਿੰਦੇ ਦੂਜੇ ਕੱਟੀਏ ਨਾ, ਉਹ ਲੋੜ ਪੈਣ ਕਈ ਯਾਰਾਂ ਕੋਲੋਂ ਪਾਸਾ ਵੱਟੀਏ ਨਾ, ਤੇ ਘਰ ਵਾਲੀ ਦਾ ਪਿਆਰ ਨਾ ਕਦੇ ਉਹ ਕੱਟੀਏ ਹੋਰਾਂ ਨੂੰ, ਧੀਆਂ ਭੈਣਾਂ ਸਭ ਦੀਆਂ ਸਾਡੀਆਂ, ਕਦੇ ਨਾ ਪਰਖੀਏ ਮੋਰਾਂ ਨੂੰ ਕਿ ਗੱਲ ਸੁਣਿਆ ਦਿਮਾਗ ਦੀ ਉਹ ਜ਼ਰੂਰਤ ਕਰੇ ਕਿ ਗੱਡੀ ਚੁੰਨੀ ਨਾ ਸਹਾਜਣ ਦੇ ਜੱਚਦੀ। ਉਹ ਰੰਡੀਏ ਸੰਧੂਰ ਮਿੱਤਰ, ਉਹ ਚੁੱਟੀ ਚੁੰਨੀ ਨਾ ਸਹਾਜਣ ਦੇ ਜੱਚਦੀ, ਨਾ ਰੰਡੀਏ ਸੰਧੂਰ ਮਿੱਤਰ। ਉਹ ਗੱਲਾਂ ਕਹਿੰਦੇ ਉਸਤਾਦ ਨੇ ਕੀਤੀਆਂ, ਉਹ ਕਦੇ ਮਰੀਦ ਖੋਸੇ ਕੋਟਲੇ ਵਾਲੇ ਨੇ, ਹਾਂ ਪਰ ਕਹਿੰਦੇ ਗੱਡੀ ਹੋ ਬਲੇ 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 ਬਲੇ, ਹਾਂ ਗੱਡੀ ਤੇ ਕਹਿੰਦੇ ਗੱਡੀ ਹੈ। ਸਾਡਾ ਵੱਡਾ ਵੀਰ ਕਹਿੰਦੇ ਉਹ ਜਸਵਿੰਦਰ ਕਾਕਾ ਕਹਿੰਦੇ ਮੈਲਬੋਰਨ ਤੋਂ, ਉਹ ਕਹਿੰਦੇ ਆਸਟ੍ਰੇਲੀਆ ਤੋਂ ਲਾਈਵ, ਉਹ ਕਹਿੰਦੇ ਮੈਚਾਂ ਦਾ ਆਨੰਦ ਮਾਣਦਾ। ਉਹ ਰੇਡ ਕਹਿੰਦੇ ਅੰਕੁਸ਼ ਨਹੀਂ ਰਹਿ ਗਈ ਆ, ਆਹ ਕਹਿੰਦੇ ਅੰਕੁਸ਼ ਆ ਗਿਆ ਰੇਡ ਪਾਉਣ ਦੇ ਲਈ। ਉਹ ਜੱਗੀ ਆ ਫੜ ਤਿਆਰੀ, ਉਹ ਫੜ ਤਿਆਰੀ, ਉਹ ਫੜ ਤਿਆਰੀ, ਜੇ ਕੱਪ ਜਿੱਤਣੇ ਵਾਲਾ ਤਾਰਿਆਣੇ ਵਾਲਾ ਫੜਨਾ ਪੈਣਾ। ਉਹ ਫੱਕਰ ਝੰਡੇ ਵਾਲਾ, ਉਹ ਫੱਕਰ ਝੰਡੇ ਵਾਲਾ, ਉਹ ਫੱਕਰ ਝੰਡੇ ਵਾਲਾ, ਉਹ ਫੱਕਰ ਝੰਡੇ ਵਾਲੇ ਨੇ ਕਹਿੰਦੇ ਬੱਲੇ ਬੱਲੇ ਕਰਾ ਦਿੱਤੀ ਹੈ। ਉਹ ਕਹਿੰਦੇ ਫੱਕਰ ਝੰਡੇ ਵਾਲੇ ਨੇ ਉਹ ਗੱਡਾ ਦਈਆਂ ਤੇ ਕਰ ਦਿੱਤਾ। ਉਹ ਕਹਿੰਦੇ ਗੰਡੂ ਆ ਗਏ ਰੇਡ ਪਾਉਣ ਦੇ ਲਈ, ਉਹ ਕਹਿੰਦੇ ਰੇਡ ਪਾਉਣ ਲਈ ਗੰਡੂ ਆ ਗਏ। ਉੱਧਰ ਕਹਿੰਦੇ ਤੋੜ, ਉਹ ਹਰਿਆਣਾ ਏਰੀਆ ਕੈਚਰ, ਉਹ ਕੈਚਰ ਜਿਹੜੇ ਨੂੰ ਬਲਾਂਗ ਕਰਦਾ ਅੰਕਿਤ ਹੈ, ਉਹ ਅੰਕਿਤ ਉਹ ਜਫਾ ਤੂੰ ਲਾਵੇ ਤੇ ਗੱਲ ਤਾਂ ਬਣਨੀ ਆ। ਹਰਿਆਣੇ ਵਾਲਿਆ, ਉਹ ਜਫਾ ਤੂੰ ਲਾਵੇ ਤੇ ਗੱਲ ਉਹ ਤਾਂ ਬਣਨੀ ਆ। ਉਹ ਮੈਨੂੰ ਲੱਗਦਾ ਗੰਡੂ, ਉਹ ਗੰਡੂ ਵੀ ਅੱਜ ਉਹ ਬੱਲੇ ਬੱਲੇ ਕਰਵਾਈ ਜਾਂਦਾ। ਅਗਲੀਆਂ ਟੀਮਾਂ ਵੀ 75 ਦਾ ਫਾਈਨਲ ਮੈਚ ਹੈ, ਉਹ ਫਰਵਾਹੀ ਤੇ ਚਮਾਲ ਪੁਰ ਸੇਖੇ ਦਾ ਕਹਿੰਦੇ ਫਾਈਨਲ ਖੇਡਿਆ ਜਾਣਾ ਏ, ਉਹ 75 ਦਾ ਕਹਿੰਦੇ ਫਾਈਨਲ ਖੇਡਿਆ ਜਾਣਾ ਏ। ਹਾਓ ਸਿੱਖ ਸਰਦਾ ਰੇਡ ਪਾਉਣ ਦੇ ਲਈ ਬਣਿਆ ਹੋਇਆ, ਹਾਓ ਕਹਿੰਦੇ ਜੱਗੀ ਹੈ, ਹਾਓ ਇਹਦਾ ਕਹਿੰਦੇ ਤੇਰੇ ਪਿੰਡ ਹੈ। ਹਾਓ ਬੱਲੇ ਬੱਲੇ ਲੱਗਿਆ ਜੇਰ, ਹਾਓ ਕਬੱਡੀ 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 ਕਬੱਡੀ, ਹਾਓ ਸਿੱਖ ਸਰਦਾਰ ਜੀ ਇੱਥੇ ਭੱਜ ਗਿਆ ਨਾ, ਉਹ ਤਾਮ ਕੋੜਾ ਨਾ ਤੇ ਹੱਲਾ ਗੁੱਲਾ ਵੱਜ ਜੂ, ਉਹ ਤਾਮ ਕੋੜਾ ਨੇ ਬਿਨਾਂ ਕਹੇ ਤੇ ਤਾੜੀ ਮਾਰਨੀਆ। ਹਾਓ ਪਰ ਕਹਿੰਦੇ ਵਾਹਿਗੁਰੂ ਸੱਚੇ ਪਾਤਸ਼ਾਹ ਉਹ ਮੇਰ ਕਰੇ, ਉਹ ਜਿੱਦਾਂ ਅਸੀਂ ਖੇਡਦੇ ਘਰੋਂ ਆਏ ਆ, ਉਹ ਤਾਂ ਹੱਸਦੇ ਖੇਡਦੇ ਯਾਰ, ਉਹ ਬਾਬਾ ਭਰੀ ਕਰੇ, ਉਹ ਮਹਾਰਾਜ ਇਹਨਾਂ ਤੇ ਭਰੀ ਕਰੇ, ਉਹ ਬਾਬਾ ਤਰੱਕੀ ਬਖਸ਼ੇ। ਉਹ ਕਹਿੰਦੇ 75 ਦਾ ਫਾਈਨਲ ਵਾਲੀਆਂ ਟੀਮਾਂ ਵੀ ਜਲਦੀ ਨਾ ਆ ਜਾਓ, ਜਮਾਲਪੁਰ ਸੋਕਾ ਤੇ ਫਰਵਾਹੀ ਦਾ ਕਹਿੰਦੇ ਐਨ ਕਹਿੰਦੇ ਫਾਈਨਲ ਖੇਡਿਆ ਜਾਣਾ 75 ਦਾ, ਜਲਦੀ ਨਾਲ ਦੋਨੇ ਟੀਮਾਂ ਗਰਾਊਂਡ ਚ ਆ ਜਾਓ ਧਿਆਨ ਦੇ। ਜਮਾਲਪੁਰ ਸੋਕਾ ਤੇ ਫਰਵਾਹੀ, ਉਹ ਕਹਿੰਦੇ ਮੈਚ ਦੀ ਸਮਾਪਤੀ ਹੋ ਗਈ ਆ। ਉਹ ਬਾਈ ਬਾਈ ਜਿਹੜੀ ਜਿਹੜੀ ਮੈਚ ਜਿਹੜੀ ਮੈਚ ਨੇ ਸੁਣਾਇਆ ਇੱਕ ਵਾਰੀ ਤਾੜੀ ਮਾਰਦੇ ਯਾਰ। ਉਹ ਕਹਿੰਦੇ ਜਿਹੜੀ ਫਸਟ ਟੀਮ ਹੈ, ਉਹ ਕਹਿੰਦੇ ਪੈਰੋ ਦੀ, ਉਹ ਕਹਿੰਦੇ ਸੈਕਿੰਡ ਟੀਮ ਉਹ ਮੋਹਰ ਸਿੰਘ ਵਾਲੇ ਦੀ ਆ, ਉਹ ਕਹਿੰਦੇ ਸੈਕਿੰਡ ਟੀਮ ਮੋਹਰ ਸਿੰਘ ਵਾਲੇ ਦੀ ਆ, ਤੇ ਫਸਟ ਟੀਮ ਕਹਿੰਦੇ ਉਹ ਪੈਰੋ ਦੀ ਆ। ਫਸਟ ਟੀਮ ਕਹਿੰਦੇ ਪੈਰੋ ਨੇ ਪਹਿਲਾ ਸਥਾਨ ਹਾਸਲ ਕੀਤਾ, ਤੇ ਮੋਹਰ ਸਿੰਘ ਵਾਲੇ ਨੇ ਕਹਿੰਦੇ ਉਹ ਦੂਜਾ।